ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਲੋਕਡਾਊਨ ਖਤਮ ਕਰਨ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਦੱਸਿਆ ਜਾ ਰਿਹਾ ਬਠਿੰਡਾ ਦੇ ਵਿੱਚ ਲੋਕਡਾਊਨ ਦੇ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਡਾਊਨ ਖਤਮ ਕੀਤਾ ਜਾਵੇ ਲੋਕਡਾਊਨ ਦੇ ਦੌਰਾਨ ਪਰਚੇ ਜਿਹੜੇ ਕੀਤੇ ਗਏ ਆ ਉਹ ਵੀ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਉਹਨਾਂ ਨੇ ਘਰੇਲੂ ਬਿਜਲੀ ਦੇ ਜੋ ਬਿੱਲ ਆਏ ਨੇ ਉਹ ਵੀ ਮਾਫ ਕਰਨ ਦੀ ਗੱਲ ਕਹੀ ਹੈ ਬਠਿੰਡਾ ਤੋਂ ਸਾਡੇ ਸਹਿਯੋਗੀ ਕੁਨਾਲ ਬਾਂਸਲ ਵੀ ਸਾਡੇ ਨਾਲ ਜੁੜਿਆ ਕੁਨਾਲ ਕਿਸ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਦੁਬਾਰਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਹਾ ਜਾ ਰਿਹਾ ਕਿ ਲੋਕਡਾਊਨ ਖਤਮ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਘਰੇਲੂ ਬਿਜਲੀ ਦੇ ਜਿਹੜੇ ਬਿੱਲ ਆ ਉਹ ਵੀ ਮਾਫ਼ ਕੀਤੇ ਜਾਣ ਲੋਕਡਾਊਨ ਦੇ ਦੌਰਾਨ ਜੋ ਪਰਚੇ ਹੋਏ ਨੇ ਉਹ ਵੀ ਰੱਦ ਕੀਤੇ ਜਾਣ ਬਠਿੰਡਾ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕਡਾਊਨ ਖਤਮ ਕੀਤਾ ਜਾਵੇ ਕਿਸਾਨਾਂ 'ਤੇ ਲੋਕਡਾਊਨ ਦੇ ਦੌਰਾਨ ਜੋ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਬਿਜਲੀ ਦੇ ਜਿਹੜੇ ਬਿੱਲ ਨੇ ਉਹ ਵੀ ਮਾਫ਼ ਕੀਤੇ ਜਾਣ ਬਠਿੰਡਾ ਤੋਂ ਸਾਡੇ ਸਹਿਯੋਗੀ ਕੁਨਾਲ ਬਾਂਸਲ ਸਾਡੇ ਨਾਲ ਜੁੜੇ ਨੇ ਕੁਨਾਲ ਕੀ ਜਾਣਕਾਰੀ ਹੈ ਕਿਉਂ ਪ੍ਰਦਰਸ਼ਨ ਹੋ ਰਿਹਾ ਕਿਸਾਨਾਂ ਦੇ ਵੱਲੋਂ ਦੇਖੋ ਜੀ ਜਿੰਦਰ ਕਿਸਾਨ ਜਥੇਬੰਦੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਬਠਿੰਡਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਜਿਹੜੇ ਇੱਕਜੁੱਟ ਹੋ ਕੇ ਕਿਸਾਨ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਕਈ ਮੰਗਾਂ ਨੇ ਕਿਸਾਨਾਂ ਦੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਲੰਬਦੀਆਂ ਆ ਰਹੀਆਂ ਨੇ 10 ਏਕੜ ਵਾਲੀ ਜ਼ਮੀਨ ਦੇ ਕਿਸਾਨ ਹੈ ਜਿਹੜੇ ਉਹਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ ਹਾਲਾਂਕਿ ਕਿਸਾਨਾਂ ਦੀ ਇੱਕ ਮੰਗ ਹੋਰ ਹੈ ਵੀ ਲੋਕਡਾਊਨ ਦੇ ਚੱਲਦੇ ਜਿਹੜੇ ਚਲਾਨ ਕੱਟੇ ਗਏ ਨੇ ਜੁਰਮਾਨੇ ਲਾਏ ਗਏ ਨੇ ਮਾਫ਼ੀ ਦਰਜ ਹੋਏ ਨੇ ਉਹਨਾਂ ਨੂੰ ਵੀ ਰੱਦ ਕੀਤਾ ਜਾਵੇ ਹਾਲਾਂਕਿ ਕਿਸਾਨ ਲੋਕਡਾਊਨ ਨੂੰ ਪੂਰਨ ਤੌਰ ਤੇ ਖਤਮ ਕਰਨ ਦੀ ਵੀ ਮੰਗ ਜਿਹੜੀ ਹੈ ਪੰਜਾਬ ਸਰਕਾਰ ਨੂੰ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਿਸਾਨਾਂ ਵੱਲੋਂ ਲਗਾਤਾਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਜੋ ਸਰਕਾਰ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਤਾਂ ਇਹਨਾਂ ਨੂੰ ਮਜਬੂਰਨ ਲੋਕਡਾਊਨ 'ਚ ਵੀ ਲਗਾਤਾਰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਦੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਜੀ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮੇਨ ਮੰਗਾਂ ਨੇ ਅੱਜ ਜਿਹੜਾ ਹੈਗਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਨੇ ਸਾਡੀਆਂ ਮੰਗਾਂ ਨੇ ਕਿ ਪਹਿਲੀ ਮੰਗ ਹੈ ਸਾਡਾ ਜਿਹੜਾ 2020 ਜਿਹੜੀ ਆ ਸੋਧ ਬਿੱਲ ਹੈ ਜਿਹੜਾ ਕੀਤਾ ਬਿਜਲੀ ਦੇ ਵਿੱਚ ਉਹ ਵਾਪਸ ਕੀਤਾ ਜਾਵੇ ਉਹਦੇ ਤਹਿਤ ਜਿਹੜਾ ਇਹਨਾਂ ਨੇ ਜਿਹੜੇ ਪ੍ਰਾਈਵੇਟ ਫਰਮਰਾਂ ਨੂੰ ਜਿਹੜੇ ਅਧਿਕਾਰ ਦਿੱਤੇ ਆ ਅਸੀਂ ਕਹਿੰਦੇ ਵੀ ਸਰਕਾਰੀ ਫਰਮਰ ਚਲਾਏ ਜਾਣ ਉਸ ਤੋਂ ਬਾਅਦ ਜੋ ਝੋਨਾ ਸਾਡੀ ਅੱਜ ਕਿਸਾਨਾਂ ਦੀ ਜਿਹੜੀ ਮੁੱਖ ਮੰਗ ਹੈ ਉਹ ਲਵਾਈ ਸਿਰ ਦੇ ਉੱਤੇ ਆ ਲੇਬਰ ਕੰਨੀਓ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਔਖੇ ਸਮੇਂ ਦੇ ਵਿੱਚ ਕਿਸਾਨ ਲੰਘ ਰਿਹਾ ਉਹ ਲੇਬਰ ਦਾ ਜਿਹੜਾ ਹੈਗਾ ਸਪੈਸ਼ਲ ਗੱਡੀਆਂ ਚਲਾ ਕੇ ਜਿਹੜੀਆਂ ਉਹ ਬਾਹਰੋਂ ਯੂਪੀ ਤੇ ਬਿਹਾਰ ਤੋਂ ਜਿਹੜੀ ਲੇਬਰ ਆਉਂਦੀ ਹੈ